ਪਹਿਲਾਂ ਕੀ ਹੈ ਪੇਜ, ਹੁਣ ਜਿਹੜਾ ਪੇਜ ਦਾ ਸਰਕਲ ਹੈ ਇੱਕ ਨੰਬਰ, ਇਹ ਦੂਜੇ ਨੰਬਰ ਦੇ ਅੰਦਰ ਹੈ, ਦੂਜੇ ਸਰਕਲ ਹੋ ਗਿਆ ਬੁੱਕ ਦਾ, ਤਾਂ ਜਿਹੜਾ ਪੇਜ ਹੈ ਉਹ ਬੁੱਕ ਦੇ ਅੰਦਰ ਹੁੰਦੇ ਹੈ, ਸਾਰੇ ਦੇ ਸਾਰੇ ਪੇਜਿਸ ਬੁੱਕ ਦੇ ਅੰਦਰ ਹੀ ਹੁੰਦੇ ਹੈ, ਬੁੱਕ ਪੇਜਾਂ ਤੋਂ ਹੀ ਬਣੀ ਹੁੰਦੀ ਹੈ, ਤਾਂ ਇੱਥੇ ਪਹਿਲੇ ਤੇ ਦੂਜੇ ਦਾ ਰਿਸ਼ਤਾ ਆਲ ਬਿਲਕੁਲ ਸਹੀ ਬੈਠ ਰਿਹਾ ਫਿੱਟ, ਕਿ ਪਹਿਲਾ ਸਰਕਲ ਪੇਜ ਦਾ ਦੂਜੇ ਬੁੱਕ ਦੇ ਅੰਦਰ। ਹੁਣ ਦੂਜਾ ਤੇ ਤੀਜੇ ਦਾ ਰਿਸ਼ਤਾ ਦੇਖੀਏ, ਬੁੱਕ ਤੇ ਸਟੂਡੈਂਟ ਦਾ ਆਪਸ ਵਿੱਚ ਕੋਈ ਰਿਸ਼ਤਾ ਹੈਗਾ? ਆਪਾਂ ਕਹਿੰਦੇ ਕਿ ਬੱਚੇ ਸਟੂਡੈਂਟਸ ਬੁੱਕਸ ਪੜ੍ਹਦੇ ਆ, ਠੀਕ ਹੈ, ਪਰ ਬੁੱਕ ਸਟੂਡੈਂਟ ਦਾ ਕੋਈ ਉਸ ਹਿੱਸਾ ਤਾਂ ਨਹੀਂ ਹੈ, ਤਾਂ ਇਸਦਾ ਮਤਲਬ ਬੁੱਕ ਅਲੱਗ ਕੈਟੇਗਰੀ ਹੈ, ਸਟੂਡੈਂਟ ਇੱਕ ਇਨਸਾਨ ਹੈ ਉਹ ਅਲੱਗ ਕੈਟੇਗਰੀ ਹੈ, ਬੁੱਕ ਇੱਕ ਨੋਨ ਲਿਵਿੰਗ ਥਿੰਗ ਹੈ, ਸਟੂਡੈਂਟਸ ਹਿਊਮਨ ਬੀਂਗਸ ਆ ਉਹ ਅਲੱਗ ਕੈਟੇਗਰੀ ਹੈ, ਤੇ ਇਸ ਕਰਕੇ ਦੋਵਾਂ ਦਾ ਕੋਈ ਆਪਸ ਚ ਰਿਸ਼ਤਾ ਨਹੀਂ, ਤਾਂ ਉੱਥੇ ਦੂਜਾ ਨੋ ਬਿਲਕੁਲ ਫਿੱਟ ਬੈਠਦਾ। ਹੁਣ ਪਹਿਲਾ ਹੈਗਾ ਪੇਜ ਤੇ ਸਟੂਡੈਂਟ, ਉਹਨਾਂ ਦੇ ਸਰਕਲ ਬਿਲਕੁਲ ਅਲੱਗ ਅਲੱਗ ਹੈ, ਉੱਥੇ ਵੀ ਰਿਸ਼ਤਾ ਦੋਵਾਂ ਦਾ ਆਪਸ ਵਿੱਚ ਬਿਲਕੁਲ ਫਿੱਟ ਬੈਠਦਾ ਨੋ ਦਾ, ਤਾਂ ਇਹ ਜਿਹੜੀ ਬੱਚੇ ਨੇ ਸਾਨੂੰ ਐਗਜ਼ਾਮਪਲ ਭੇਜੀ ਹੈ ਪੇਜ ਬੁੱਕ ਸਟੂਡੈਂਟ ਬਿਲਕੁਲ ਸਹੀ ਫਿੱਟ ਬੈਠ।